ਮੇਰਾ ਨਾਮ ਗੁਰਪ੍ਰੀਤ ਸਿੰਘ ਤੇ ਪਿੰਡ ਆਡਾ ਬੱਗਾ ਕਲਾਂ ਨੀ ਮਾਤਾ ਘਰ ਕੱਲੀ ਸੀ ਰਾਤ ਤੇ ਪਤਾ ਨਹੀਂ ਕੀ ਬਣਿਆ ਕੀ ਨਹੀਂ ਸਾਨੂੰ ਤਾਂ 10 ਵਜੇ ਮੇਰੇ ਵੱਡੇ ਭਰਾ ਨੂੰ ਫੋਨ ਕੀਤਾ ਮੁੰਡੇ ਨੇ ਮਾਤਾ ਮੇਰਾ ਖੂਨ ਲੱਤ ਪੁੱਤ ਪਈ ਆ ਘਰ ਕੋਈ ਨਹੀਂ ਸੀ ਹੈਗਾ ਮੁੰਡਿਆ ਹੀ ਸੀ ਗੱਲਾਂ ਕਿਹੜਾ ਮੁੰਡਾ ਸਰ ਮੁੰਡਾ ਭਤੀਜਾ ਮੇਰਾ ਮਨ ਤੇਜ ਤੇ ਗਗਨ ਦੋਵੇਂ ਘਰੇ ਤੇ ਵੀ ਕੰਮ ਤੋਂ ਆਏ ਨਾ 10 ਵਜੇ ਇਹ ਕੰਮ ਤੋਂ ਆਏ ਆ ਬਾਕੀ ਪਤਾ ਕੋਈ ਜੇ ਕੀ ਬਣਿਆ ਕੀ ਨਹੀਂ ਕਿੱਦਾਂ ਮੌਤ ਕਿੱਦਾਂ ਆਈ ਪਤਾ ਨਹੀਂ ਹੁਣ ਇਹ ਤੇ ਕੋਈ ਨਿਸ਼ਾਨ ਕਿੱਦਾਂ ਨਿਸ਼ਾਨ ਚ ਹੁਣ ਖੂਨ ਨਾ ਸਾਰੇ ਲੱਤ ਪੱਤ ਆ ਸਰੀਰ ਕੀ ਗੱਲ ਕੀ ਕੱਟਿਆ ਕੀ ਉਹਦਾ ਕਿੱਥੇ ਮਾਰਿਆ ਆਹ ਸੱਟਾਂ ਨੇ ਗਲੇ ਗੁਲੇ ਤੇ ਸੱਟ ਆ ਚੀਜ਼ ਤੇ ਇੱਧਰ ਇੱਧਰ ਕੀ ਮੰਗ ਕੀ ਕਰਦੇ ਮੰਗ ਹੁਣ ਸਾਫ਼ ਹੀ ਹੋਣਾ ਚਾਹੀਦਾ ਕਿ ਕੋਈ ਪਤਾ ਲੱਗੇ ਵੀ ਕੀ ਗੱਲ ਕੀ ਨਹੀਂ ਦੋਸ਼ੀ ਕਾਬੂ ਹੋਣਾ ਚਾਹੀਦਾ ਇਹ ਚੀਜ਼ ਦਾ ਪਤਾ ਤਾਂ ਲੱਗੇ ਵੀ ਕਿੰਨੇ ਕੀਤਾ ਕਿੰਨੇ ਨਹੀਂ ਕਿਸੇ ਦੇ ਸ਼ੱਕ ਕੋਈ ਤਾਂ ਨਾ ਉਹਨਾਂ ਕਹਿੰਦੇ ਆਂਡੇ ਕੋ ਨਾ ਕੋ ਰੰਜਸ਼ ਨਾ ਕਿ ਨਾ ਕੋਈ ਵੈਰ ਕੋਈ ਗੱਲ ਹੀ ਨਹੀਂ ਬੱਗੇ ਕਲਾਂ ਦੀ ਘਟਨਾ ਇਹ ਕਿ ਉੱਥੇ ਤਾਂ ਬਲਦੇਵ ਸਿੰਘ ਆ ਉਹਦੇ 2 ਲੜਕੇ ਨੇ ਮਨਤੇਜ ਵੱਡਾ ਲੜਕਾ 25 ਸਾਲ ਉਹਦੀ ਉਮਰ ਹੈ ਅਤੇ ਉਹਨੇ ਦੱਸਿਆ ਕਿ ਮੈਂ ਆਪਣੇ ਸਹੁਰੇ ਗਿਆ ਸੀ ਕੁਹਾਲੇ ਪਿੰਡ ਅਤੇ ਮੈਨੂੰ ਘਰੋਂ ਮੇਰੇ ਲੜਕੇ ਨੇ ਫੋਨ ਕੀਤਾ ਕਿ 10:15 'ਤੇ ਫੋਨ ਕੀਤਾ ਕਿ ਮਾਤਾ ਦਾ ਉਹਨੂੰ ਕਲੀਅਰ ਨਹੀਂ ਦੱਸਿਆ ਕਿ ਮਾਤਾ ਨਾਲ ਕੋਈ ਘਟਨਾ ਹੋ ਗਈ ਹੈ ਅਤੇ ਉਹ ਕਦੋਂ ਵੀ ਵਾਪਸ ਆ ਗਿਆ ਉੱਥੋਂ ਅਤੇ ਕਹਿੰਦਾ ਜਦੋਂ ਵਾਪਸ ਆ ਕੇ ਦੇਖਿਆ ਤਾਂ ਮਾਤਾ ਦੀ ਲਾਸ਼ ਉੱਥੇ ਪਈ ਸੀ ਅਤੇ ਇਹ ਮੈਂ ਉਹਨਾਂ ਨੂੰ ਪੁੱਛਿਆ ਲੜਕਿਆਂ ਨੂੰ ਕਿ ਕੀ ਗੱਲ ਹੋਈ ਹੈ ਲੜਕਾ ਇੱਕ ਉਹਦਾ ਜਿਹੜਾ ਛੋਟਾ ਸੀ ਇੱਥੇ ਚੀਨਿਆਂ ਦੇ ਕੁੱਕੜਾਂ ਵਾਲੇ ਟਰੈਕਟਰਾਂ ਦੀ ਦੁਕਾਨ ਕਰਦਾ ਦੂਸਰਾ ਘਰ ਹੀ ਸੀ ਅਤੇ ਜੋ ਉਹਨਾਂ ਤੋਂ ਅਲੱਗ ਅਲੱਗ ਤੌਰ 'ਤੇ ਸਾਰਿਆਂ ਤੋਂ ਪੁੱਛਗਿੱਛ ਕੀਤੀ ਪੁੱਛਗਿੱਛ ਤੋਂ ਉਹਨਾਂ ਦੇ ਬਿਆਨਾਂ ਤੋਂ ਕੋਈ ਮਾਮਲਾ ਥੋੜ੍ਹਾ ਸ਼ੱਕੀ ਲੱਗਿਆ ਕਿ ਕਿਉਂਕਿ ਲੁੱਟ ਖੋਹ ਦਾ ਕੋਈ ਵੀ ਐਂਗਲ ਨਹੀਂ ਸੀ ਮਾਤਾ ਨੂੰ ਕਿਸੇ ਵੱਲੋਂ ਅਣਜਾਣ ਬੰਦੇ ਵੱਲੋਂ ਮਾਰ ਕੇ ਜਾਣ ਦਾ ਕੋਈ ਵੀ ਰੀਜ਼ਨੇਬਲ ਕਾਰਨ ਨਹੀਂ ਸੀ ਕਾਫੀ ਗਰੀਬ ਪਰਿਵਾਰ ਹੈ ਕੋਈ ਇੰਨਾ ਇਹਨਾਂ ਦਾ ਹੈ ਅਤੇ ਸਖਤੀ ਨਾਲ ਪੁੱਛਗਿੱਛ ਕੀਤੀ ਹੈ ਅਤੇ ਫਿਰ ਜੋ ਹਾਲਾਤ ਬਣੇ ਅਤੇ ਉਸ ਤੋਂ ਬਾਅਦ 'ਚੋਂ ਪਤਾ ਲੱਗਾ ਕਿ ਇਹ ਜਿਹੜਾ ਇਹਨਾਂ ਦਾ ਵੱਡਾ ਲੜਕਾ ਹੈ ਮਨਤੇਜ ਸਿੰਘ ਬਲਦੇਵ ਸਿੰਘ ਦਾ ਉਹਨੇ ਹੀ ਇਹ ਮਾਤਾ ਦਾ ਕਤਲ ਕੀਤਾ ਅਤੇ ਸ਼੍ਰੀ ਸਾਹਿਬ ਨਾਲ ਕਾਫੀ ਬੇਦਰਦੀ ਨਾਲ ਉਹਦੇ ਮੂੰਹ ਦੇ ਵਿੱਚ ਅੰਦਰ ਮੂੰਹ ਦੇ ਪਾਸੇ ਗਰਦਨ 'ਤੇ ਕਾਫੀ ਅੰਨੇ ਵਾਹ ਉਹਨੇ ਵਾਰ ਕੀਤੇ ਨੇ ਜਿਹਦੇ ਨਾਲ ਮਾਤਾ ਦੀ ਉੱਥੇ ਡੈਥ ਹੋ ਗਈ ਸੀ ਇਨੀਸ਼ਲੀ ਤਾਂ ਉਹ ਦੱਸਦਾ ਜੀ ਕਿ ਪਿੰਡ ਦਾ ਕੋਈ ਲੜਕਾ ਸੀ ਉਹਨੇ ਉਹਦੇ ਨਾਲ ਦਾਰੂ ਦੂਰੂ ਪੀਤੀ ਸੀ ਉਸ ਦਿਨ ਅਤੇ ਉਹਨੇ ਚੁੱਕਣਾ ਦਿੱਤੀ ਕਿ ਸ਼ਾਇਦ ਇਹ ਬਾਹਰ ਜਾਣਾ ਚਾਹੁੰਦਾ ਬਾਹਰ ਕਿਆ ਪੜ੍ਹਿਆ ਲਿਖਿਆ ਤਾਂ ਖੈਰ ਨਹੀਂ ਹੈਗਾ ਇੰਨਾ ਕਿ ਸ਼ਾਇਦ ਕਿਤੇ ਦੁਬਈ ਵਰਗੇ ਮੁਲਕ 'ਚ ਕਿਤੇ ਜਾਣਾ ਹੋਵੇ ਜੋ ਉਹਨੇ ਬਹਾਨਾ ਬਣਾਇਆ ਕਿ ਉਸ ਦਿਨ ਉਹਨੇ ਚੁੱਕਣਾ ਦਿੱਤੀ ਕਿ ਤੇਰੀ ਦਾਦੀ ਨਹੀਂ ਤੇਰਾ ਕੰਮ ਹੋਣ ਦਿੰਦੀ ਅਤੇ ਇਸ ਕਰਕੇ ਕਹਿੰਦਾ ਉਦੋਂ ਮੈਂ ਹੀ ਪੈਗ ਪੀਤਾ ਅਤੇ ਮੈਂ ਗੁੱਸੇ ਦੇ ਲੋੜ ਵਿੱਚ ਆ ਕੇ ਨਸ਼ੇ ਦੇ ਲੋੜ 'ਚ ਆ ਕੇ ਅਤੇ ਮੈਂ ਇਹ ਕੰਮ ਕਰ ਰਿਹਾ ਉਸਦੇ ਮੁਤਾਬਕ ਤਾਂ ਇਹੋ ਹੀ ਹੈ ਜੀ ਅਜੇ ਪੁਲਿਸ ਰਿਮਾਂਡ ਲਿਆ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਨਹੀਂ ਇਸ ਸੱਚ ਨਹੀਂ ਕਿ ਇਹਦਾ ਕੀ ਪਤਾ ਸੱਚਾਈ ਕਿੰਨੀ ਹੋ ਗਈ ਉਸਨੇ ਜਿਹਨੇ ਉਕਸਾਇਆ ਵੀ ਹੋਏਗਾ ਉਹਨੇ ਇਹ ਤਾਂ ਨਹੀਂ ਕਹਿ ਦਿੱਤਾ ਕਿ ਜਾ ਕੇ ਤੂੰ ਆਪਣੀ ਦਾਦੀ ਦਾ ਕਤਲ ਹੀ ਕਰ ਦੇ ਉਹਦਾ ਤਾਂ ਸਿਰਫ ਇਹ ਹੈ ਕਿ ਉਹਦੀਆਂ ਗੱਲਾਂ ਗੁੱਲਾਂ 'ਚ ਉਹਨੇ ਗੱਲ ਕਰ ਦਿੱਤੀ ਹੈ ਕਿ ਤੇਰੀ ਦਾਦੀ ਨਹੀਂ ਤੇਰਾ ਕੰਮ ਬਣ ਮੈਨੂੰ ਹੁਣ ਉਹਦੇ 'ਚ ਕਿੰਨੀ ਸੱਚਾਈ ਹੈ ਬਾਕੀ ਪਰਿਵਾਰ ਦੇ ਮੈਂਬਰਾਂ ਤੋਂ ਵੀ ਇਹਦੀ ਗੱਲ ਕਰਕੇ ਅਤੇ ਤਫਤੀਸ਼ ਵਿੱਚ ਲਿਆਵਾਂਗੇ ਜੀ ਪੇਸ਼ ਪਿੰਡੋਂ ਗ੍ਰਿਫਤਾਰ ਕਰ ਲਏ ਸੀ ਸਾਈਡ ਤੋਂ ਅਤੇ ਉਹਦੀ ਅੱਜ ਪੇਸ਼ ਕੀਤਾ ਕੱਲ੍ਹ ਉਹਦੀ ਗ੍ਰਿਫਤਾਰੀ ਹੋ ਗਈ ਸੀ ਅੱਜ ਜਾ ਕੇ ਉਹਨੂੰ ਪੇਸ਼ ਕੀਤਾ ਅਦਾਲਤ ਵਿੱਚ ਅਤੇ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਜੀ ਉਹਦਾ ਐਕਚੁਅਲੀ ਮੈਂ ਕੀ ਕਹਾਂ ਕੋਈ ਬਹੁਤੇ ਜਿਹੜੇ ਕ੍ਰਿਮੀਨਲ ਸ਼ਾਤਰ ਹੁੰਦੇ ਨੇ ਉਹ ਤਾਂ ਕੋਈ ਸਟੋਰੀ ਬਣਾ ਦਿੰਦੇ ਕੋਈ ਆਪਣਾ ਦੂਸਰਾ ਕਰਦਾ ਇਹ ਇੱਕ ਜੇ ਨਸ਼ੇ ਦੀ ਹਾਲਤ ਵਾਲੇ ਬੰਦੇ ਵੱਲੋਂ ਕੀਤਾ ਹੋਇਆ ਕਤਲ ਸੀ ਉਹ ਕੋਈ ਜ਼ਿਆਦਾ ਫੈਕਟਸ ਸਟੋਰੀਆਂ ਬਣਾ ਨਹੀਂ ਸਕਿਆ ਅਤੇ ਕਾਫੀ ਕਲੀਅਰ ਕੱਟ ਸੀ ਮਾਮਲਾ ਕਿ ਇਹ ਇਹ ਕਿਤੋਂ ਬਾਹਰੋਂ ਆ ਕੇ ਕਿਸੇ ਚੋਰੀ ਦੀ ਜਾਂ ਡਾਕੇ ਦੀ ਨੀਤ ਨਾਲ ਨਹੀਂ ਕਤਲ ਕੀਤਾ ਇਹ ਘਰ ਦੇ ਬੰਦੇ ਦੇ ਵਿੱਚ ਹੀ ਕਿਉਂਕਿ ਇਹਨਾਂ ਦੇ ਜੋ ਗੱਲਬਾਤ ਦਾ ਕਰਨ ਦਾ ਤਰੀਕਾ ਸੀ ਫਾਦਰ ਦਾ ਅਤੇ ਮੁੰਡਿਆਂ ਦਾ ਕੋਈ ਕੌਨਫੀਡੈਂਸ ਨਾਲ ਗੱਲ ਨਹੀਂ ਕਰ ਪਾ ਰਹੇ ਸੀ ਅਤੇ ਜੋ ਵੀ ਰਾਤ ਨੂੰ ਉਸ ਦਿਨ ਸਾਡੇ ਸਵਾਲ ਸੀ ਉਹਨਾਂ ਦਾ ਢੁੱਕਵਾਂ ਜਵਾਬ ਨਹੀਂ ਦੇ ਪਾ ਰਹੇ ਸੀ ਨਹੀਂ ਇਕੱਲੇ ਸੀ ਮਾਤਾ ਦੀ ਉਮਰ 80 ਤੋਂ ਵੀ ਅਬਵ ਹੈਗੀ ਹੈ ਕਿਉਂਕਿ ਫਾਦਰ ਦੀ ਉਮਰ 58 ਯੀਅਰ ਆ ਵੱਡਾ ਲੜਕਾ ਹੈ ਫਾਦਰ ਦਾ ਬਲਦੇਵ ਸਿੰਘ ਮਾਤਾ ਕਾਫੀ ਬਜ਼ੁਰਗ ਸੀ ਖੁੰਡੀ ਲੈ ਕੇ ਚੱਲਦੇ ਸੀ ਅਤੇ ਸ਼੍ਰੀ ਸਾਹਿਬ ਦੇ ਨਾਲ ਉਹਨਾਂ ਦਾ ਕਤਲ ਕੀਤਾ ਉਹਦੇ ਜਿਹੜੇ ਖੂਨ ਨਾਲ ਲੱਤ ਪੱਤ ਕੱਪੜੇ ਸੀ ਉਹ ਅਸੀਂ ਲਾਗੇ ਖੋਲੇ 'ਚੋਂ ਇਹਦੇ ਫਰਦਿੰਗ ਸਾਹਿਬ 'ਤੇ ਬਰਾਮਦ ਕਰਦੇ ਇਹਦੀ ਨਿਸ਼ਾਨਦੇਹੀ 'ਤੇ ਅਤੇ ਸ਼੍ਰੀ ਸਾਹਿਬ ਵੀ ਬਰਾਮਦ ਕਰ ਲਏ